जोबन जाते नाडरा जे सह प्रीत ना जाए प्रीता किती जोबन प्रीत बिन सुख गए कमलाए। जोबन जाते नाडरा जेड़ा कवि फरीद कोल पहला ज्ञान है ना, पहला भी ज्ञान है ना, पहला भी लिखता रहा कबीर वांगू कच्ची बाणी सी, ज्यो ज्यो ओनू छड रहा पिछले ज्ञान नू ओ जोबन नहीं जा रहा। जरा पहला ज्ञान है ना लिया हो कहना मंदिर ढा दे मंजर ढा दे बड़ा समझता भी मैं बस सब कुछ ढा रहा। फरीद भी फरीद तो चली हुई गल है असल थल बुला दा बाद च आया बुला दा हवा दा बुला दे के तो आया होगा ये असल च फरीद जरा है रेवोल्यूशनर फरीद है पहला साढ़े को जरा जितो बुला आया ना ओ पहला फरीद है पाचे बुला बुले आलिया गल्ला तो लोगों को है फरीद आली औखी है जेड़ा है कबीर दे भी ओ शलोक ने साडे विद्वाना कोल जेड़े गुरबाणी छे ए फरीद दे पहले शलोक ने पहली स्टेज दियां गल्ला ने जेड़ियां आ जोगन जेड़ा छड़ता ओने जोगन जांदे ना डरा हां जे साहिब प्रीत ना जाए जे साहिब प्रीत ना जाए ਕ੍ਰਿਤਾ ਕੀਤੀ ਜੁਗਨ ਪ੍ਰੀਤ ਜਿਹੜਾ ਮੇਰੇ ਅੰਦਰ ਪਹਿਲਾ ਗਿਆਨ ਹੈ ਬੁੱਧ ਬਲ ਹੈ ਬੁੱਧ ਬਲ ਹੀ ਜੋਬਨ ਹੈ ਸਰੀਰਕ ਬਲ ਜਿਹੜਾ ਇਹ ਵੀ ਜੋਬਨ ਜਦੋਂ ਸਰੀਰ ਦਾ ਬਲ ਚਲਾ ਜਾਂਦਾ ਜੋਬਨ ਵੀ ਨਾਲੇ ਚਲਾ ਜਾਂਦਾ ਬੁਢੇਪੇ ਚ ਕੀ ਜਾਂਦਾ ਸਰੀਰ ਦਾ ਬਲ ਜਾਂਦਾ ਸਰੀਰ ਦੇ ਬਲ ਨਾਲੇ ਜੋਬਨ ਹੈ ਬਿਮਾਰ ਹੋ ਜਾਵੇ ਸਰੀਰਕ ਬਲ ਚਲਾ ਗਿਆ ਜੋਬਨ ਵੀ ਚਲਾ ਗਿਆ ज्यो ज्यो शरीर का बल तकड़ा होंदा जांदा उन्हां चिर जिहड़ा शरीर दा जिहड़ी बणतर है शरीर दा सोहना सोहना लगदा उहनूं जोबन कहिंदे आ असीं जो अखां नूं दिखदा इह जोबन उह है जिहड़ा अखां नूं नहीं दिखदा इह बुद्ध बल है अपनी बुद्ध सी पहली हां हां जो भी उह पहले धर्म दे विचों जो सिख्या ਜੋਬਨ ਜਾਂਦੇ ਨਾ ਡਰਾਂ ਜੇ ਸਾਹਿਬ ਪ੍ਰੀਤ ਨਾ ਜਾਏ ਫਰੀਦਾ ਕਿਸ ਜੇ ਮੈਂ ਪਹਿਲਾ ਜਿਹੜਾ ਜੋਬਨ ਪਹਿਲਾ ਗਿਆਨ ਤਜ ਰਿਹਾ ਛੱਡ ਰਿਹਾ ਤਾਂ ਮੈਨੂੰ ਕੋਈ ਡਰ ਨਹੀਂ ਹੋਵੇ ਛੱਡਣ ਦਾ ਜੇ ਮੇਰੀ ਸਹਿ ਦੇ ਨਾਲ ਪ੍ਰੀਤ ਨਾ ਟੁੱਟੇ ਜੇ ਪ੍ਰੀਤ ਟੁੱਟੇ ਤਾਂ ਪਹਿਲਾ ਗਿਆਨ ਨਹੀਂ ਛੱਡੀਦਾ ਹੁੰਦਾ ਚਾਹੇ ਉਹ ਮਾੜਾ ਵੀ ਹੋਵੇ ਪ੍ਰੀਤ ਝਿੜਕਾ ਨਹੀਂ ਬਣਾ ਚਾਹੀਦਾ ਹਾਂ ਪ੍ਰੀਤ ਝਿੜਕਾ ਨਹੀਂ ਬਣਾ ਚਾਹੀਦਾ ਉਹ ਪਹਿਲੇ ਵਾਲੀ ਉਹ ਪ੍ਰੀਤ ਬਥੇਰੀ ਆ ਜਿਹੜੀ ਪਹਿਲੇ ਵਾਲੀ ਪ੍ਰੀਤ ਸੀ ਜੇ ਪੂਰੀ ਨਹੀਂ ਹੈ ਕਲੀਅਰ ਨਹੀਂ ਹੈ ਕਮ ਸੇ ਕਮ ਜਿੰਨੀ ਹੈ ਉਹਦੀਆਂ ਬਹੁਤ ਹੈ ਪਰ ਜੇ ਉਹ ਵੀ ਨਾ ਰਹੇ ਜਿਹੜੇ ਗਿਆਨ ਨਾਲ ਪਹਿਲੀ ਪ੍ਰੀਤ ਵੀ ਨਾ ਰਹੇ ਉਹ ਨਹੀਂ ਗਿਆਨ ਲਈਦਾ ਹੁੰਦਾ ਫਿਰ ਉਹ ਪਹਿਲਾਂ ਨਹੀਂ ਛੱਡੀਦਾ ਹੁੰਦਾ ਜੇ ਪਹਿਲੀ ਪ੍ਰੀਤ ਨੂੰ ਅੱਗੇ ਗੂੜੀ ਪ੍ਰੀਤ ਪਾਉਣ ਵਾਲਾ ਗਿਆਨ ਮਿਲ ਜਾਵੇ ਵਿਚਾਰਧਾਰਾ ਮਿਲ ਜਾਵੇ ਫਿਰ ਪਹਿਲੀ ਛੱਡ ਦੇਈਦੀ ਹੁੰਦੀ ਹੈ ਐ ਕਹਿ ਰਿਹਾ ਉਹ ਪਹਿਲੀ ਜਿਹੜੀ ਵਿਚਾਰਧਾਰਾ ਉਹ ਮੈਂ ਤਾਂ ਮੈਨੂੰ ਡਰ ਨਹੀਂ ਉਹਦਾ ਛੱਡਣ ਦਾ ਕਿਉਂਕਿ ਮੇਰੀ ਸਾਹਿਬ ਨਾਲ ਪ੍ਰੀਤ ਨਹੀਂ ਟੁੱਟ ਰਹੀ ਮੈਂ ਨਹੀਂ ਡਰਦਾ ਇਸ ਕਰਕੇ ਨਹੀਂ ਡਰਦਾ ਉਹਨਾਂ ਚਿਰ ਨਹੀਂ ਡਰਦਾ ਜੇ ਲਫ਼ਜ਼ ਹੈ ਕੰਡੀਸ਼ਨ ਹੈ ਉਹਨਾਂ ਚਿਰ ਮੈਨੂੰ ਡਰ ਨਹੀਂ ਜਿੰਨਾ ਚਿਰ ਮੈਨੂੰ ਪ੍ਰੀਤ ਮੇਰੀ ਬਣੀ ਹੋਈ ਹੈ ਜੈਸਾ ਪ੍ਰੀਤ ਨ ਜਾਏ ਫਰੀਦਾ ਕਿੰਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ ਇਹ ਫਰੀਦ ਨੂੰ ਕੋਈ ਇਹਦੇ ਨਾਲ ਦਾ ਸਵਾਲ ਕਰ ਰਿਹਾ ਤੂੰ ਵਿਚਾਰਧਾਰਾ ਕਿਉਂ ਛੱਡ ਰਿਹਾ ਆਪਣੀ ਉਹਨੂੰ ਜਵਾਬ ਦੇ ਰਿਹਾ ਵੀ ਮੈਨੂੰ ਡਰ ਨਹੀਂ ਛੱਡਣ ਦਾ ਜੇ ਮੇਰੀ ਪ੍ਰੀਤ ਟੁੱਟ ਨਹੀਂ ਰਹੀ ਤੋੜ ਨਹੀਂ ਰਹੇ ਵਧਾ ਰਹੇ ਨੇ ਜੈਸਾ ਪ੍ਰੀਤ ਨਾ ਜਾਇਆ ਜੋ ਜੇ ਲਫ਼ਜ਼ ਵਰਤ ਰਿਹਾ ਨਾ ਡਰਾਂ ਮੈਂ ਪਰਸਨਲ ਗੱਲ ਕਰ ਰਿਹਾ ਡਰਾਂ ਕਰ ਰਿਹਾ ਮੈਂ ਤਾਂ ਨਹੀਂ ਡਰਦਾ ਉਹਨਾਂ ਚਿਰ ਮੈਨੂੰ ਡਰ ਨਹੀਂ ਜਿੰਨਾ ਚਿਰ ਮੇਰੀ ਪ੍ਰੀਤ ਸਹਿਜ ਨਾਲ ਟੁੱਟਦੀ ਨਹੀਂ ਤੋੜਦੇ ਨਹੀਂ ਜਿੰਨਾ ਚਿਰ ਮੈਨੂੰ ਸੱਚ ਨੂੰ ਤੋੜਦੇ ਨਹੀਂ ਸਹਿਜ ਸੱਚ ਨੂੰ ਕਹਾਂਗੇ ਅਸੀਂ ਸਹਿਜ ਜਿਹੜਾ ਹੈਗਾ ਸੱਚ ਹੁੰਦਾ ਸੱਚ ਸਭਨਾ ਦਾ ਖਸਮ ਹੈ ਜੇ ਸਹਿਜ ਪ੍ਰੀਤ ਨਾ ਜਾਏ ਪ੍ਰੀਤਾ ਕਿੰਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ ਕਿੰਨੇ ਹੀ ਜਿਹੜੇ ਸੱਚ ਤੇ ਪ੍ਰੀਤ ਤੇ ਸਖਣੇ ਸੀ
ਸੱਚ ਨਾਲ ਜਿਹਨਾਂ ਦੀ ਪ੍ਰੀਤ ਨਹੀਂ ਸੀ ਉਹ ਤਾਂ ਕਿੰਨੇ ਹੀ ਸੁੱਕ ਗਏ, ਕਮਲਾ ਗਏ ਇੱਥੇ, ਕਿੰਨੇ ਜਿਹੜੇ ਔਲੀਏ ਸੀ ਬਿਨਾਂ ਸੱਚ ਤੇ ਸੰਤ ਸੀ ਕਮਲ, ਅਖੀਰ ਨੂੰ ਨਿਰਾਸ਼ ਹੋ ਗਏ ਕਮਲਾ ਦੇ, ਕਮਲਾ ਜਾਂਦਾ ਉਹਨੂੰ ਫੜ ਨਹੀਂ ਲੱਗਦਾ ਹੁੰਦਾ, ਉੱਗੇ ਵੀ ਨਹੀਂ, ਜਿਹੜੀ ਟਾਹਣੀ ਨੂੰ ਫੜ ਨਹੀਂ ਲੱਗਦਾ ਕਮਲਾ ਜਾਂਦੀ, ਕਮਲਾ ਵੀ ਤਾਂ ਫੜ ਕੀ ਲੱਗਣਾ, ਗਾਂ ਹੋਰ ਪੱਤਾ ਵੀ ਨਹੀਂ ਫੜਦਾ ਨਾ, ਉਹ ਇੱਕ ਥਾਂ ਜਾ ਕੇ ਖੜ ਗਏ, ਉੱਥੇ ਹੀ ਕਮਲਾ ਗਏ, ਨਹੀਂ ਮਿਲਿਆ ਕੁਛ, ਨਿਰਾਸ਼ ਹੋ ਗਏ। ਕਬੀਰ ਵੀ ਨਿਰਾਸ਼ ਹੋਇਆ ਸੀ ਉਦੋਂ, ਨਿਰਾਸ਼ਤਾ ਦੇ ਵਿੱਚੋਂ ਹੀ ਆਸ ਪ੍ਰਗਟ ਹੋਈ ਉਹਦੇ, ਉਹ ਤਾਂ ਉਹਦੇ ਕੋਲ ਮਗਰ ਵਾਲੇ ਕਿਤੇ ਆਉਂਦੇ ਸੀ, ਗੱਲਬਾਤ ਸੁਣਦਾ ਸੀ, ਤਾਂ ਉਦਣ ਬੜੀਆਂ ਬੂਟ ਚੱਕ ਕੇ ਮਾਲਾ ਪਰੇ ਮਾਰੀ ਵੀ ਚਲੋ ਬਈ, ਕੁਛ ਗੱਲ ਉਹਨਾਂ ਦੀ ਇਹਨਾਂ ਨਾਲ ਠੋਸ ਸੀ ਜੋ ਕਰਦੇ ਸੀ ਗੱਲ, ਕੁਛ ਗੱਲਾਂ ਉਹਨਾਂ ਦੀਆਂ ਠੋਸ ਸੀ, ਜਿਵੇਂ ਪੁੰਨ ਪਾਪ ਬਾਰੇ ਉਹਨਾਂ ਦੀ ਗੱਲ ਠੋਸ ਸੀ, ਅੱਖਾਂ ਨੂੰ ਨਹੀਂ ਦੀਦਾ ਇਹ ਗੱਲ ਉਹਨਾਂ ਦੀ ਠੋਸ ਸੀ, ਉਹ ਮੂਰਤੀ ਦਾ ਦਰਸ਼ਨ ਕਰਾਉਂਦੇ ਨੇ, ਉਹ ਕਹਿੰਦਾ ਅੱਖਾਂ ਨੂੰ ਦੇਖਣ ਵਾਲੀ ਚੀਜ਼ ਦੀ, ਮੂਰਤੀ ਦਾ ਵੀ ਨਾ ਕਰਾਉਣ, ਮੂਰਤੀ ਦੇ ਵਿੱਚੋਂ ਵੀ ਜੋ ਬਾਹਰੋਂ ਦਰਸ਼ਨ ਹੋਣਾ ਮੂਰਤੀ ਦਾ ਹੀ ਹੈ, ਜੇ ਮੂਰਤੀ ਦੇ ਇਲਾਵਾ ਵੀ ਦਰਸ਼ਨ, ਮੂਰਤੀ ਦੇ ਵਿੱਚੋਂ ਵੀ ਕਿਸੇ ਚੀਜ਼ ਦਾ ਦਰਸ਼ਨ, ਉਹ ਵੀ ਅੱਖਾਂ ਵਾਲੇ ਹੋਣਾ, ਜੇ ਜੋਤ ਆ ਉਹ ਵੀ ਅੱਖਾਂ ਵਾਲੇ ਦੇਖਣਗੇ। ਅੱਗੇ ਗੁਰੂ ਘਰ ਨੇ ਤਾਂ ਫੱਟੀਓ ਪੋਚ ਕੇ ਉਹਨਾਂ ਨੇ ਕਿਹਾ ਵੀ ਜੋ ਕੁਛ ਵੀ ਹੈ ਸਭ ਅੰਦਰ ਹੈ, ਸਭ ਕੁਛ ਘਰ ਮੈਂ ਬਾਹਰ ਬਾਹਰ, ਜਿਹੜਾ ਬਾਹਰ ਟੋਲਦਾ ਵੀ ਹੈ ਉਹ ਵੀ ਭਰੂ, ਕੁਛ ਵੀ ਚੀਜ਼ ਬਾਹਰ ਦੀ, ਬਾਹਰ ਟੋਲਣਾ ਹੀ ਭਰ ਭਲਾਉਣਾ, ਜਿੱਥੇ ਮਿਲੂਗਾ ਕਿੱਥੋਂ, ਜਿੱਥੇ ਟੋਲਦਾ ਸੀ, ਜਿੱਥੇ ਟੋਲਦਾ ਸੀ ਉੱਥੇ ਚੀਜ਼ ਮਿਲਣੀ ਹੈ। ਹਾਂਜੀ, ਪ੍ਰੀਤਾ ਕਿੰਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾ, ਕਿੰਨਾ ਹੀ ਪ੍ਰੀਤ ਜਿਹੜਾ ਜੋਬਨ ਹੈ ਕਿੰਨੇ ਹੀ ਸੁੱਕ ਗਏ, ਜਦ ਸੁੱਕ ਜਾਂਦਾ ਕੋਈ ਬਿਰਛ ਕਮਲਾ ਜਾਂਦਾ ਉਹਦਾ ਜੋਬਨ ਚਲੇ ਜਾਂਦਾ, ਦਰਖਤ ਦਾ ਵੀ ਜੋਬਨ ਉੱਨਾ ਚਲਿਆ ਜਿੰਨਾ ਚ ਹਰਾ ਭਰਾ, ਜੇ ਸੁੱਕ ਜਾਂਦਾ ਆਹ ਕਮਲਾ ਜਾਂਦਾ ਉਹਦਾ ਜੋਬਨ ਚਲਾ ਜਾਂਦਾ, ਜਿਹੜਾ ਆਦਮੀ ਨਿਰਾਸ਼ ਹੋ ਜਾਂਦਾ ਕਿਸੇ ਚੀਜ਼ ਚੋਂ ਵੀ ਨਿਰਾਸ਼ ਹੋ ਜਾਵੇ, ਕਿਸੇ ਕੰਮ ਚੋਂ ਵੀ ਹੋ ਜਾਵੇ, ਇਹ ਵੀ ਕੰਮ ਹੈ, ਧਰਮ ਦੇ ਮਾਰਗ ਤੇ ਚੱਲਿਆ ਸੀ ਗੱਲ ਨਹੀਂ ਬਣੀ ਜੋ ਚਾਹੁੰਦਾ ਸੀ ਨਹੀਂ ਮਿਲਿਆ, ਨਿਰਾਸ਼ ਹੋ ਗਈ, ਨਿਰਾਸ਼ ਤਾਂ ਸੁੱਕ ਗਿਆ ਕਮਲ ਆ ਗਿਆ। ਹਾਂਜੀ।